ਕਹਿੰਦੇ ਹਨ ਕਿ ਪਰਮਾਤਮਾ ਕਿਸ ਰੂਪ ਵਿੱਚ ਆ ਕੇ ਕਿਸੇ ਦੀ ਬਾਂਹ ਫੜ ਲੈਂਦਾ ਹੈ ਕਿਸੇ ਨੂੰ ਨਹੀਂ ਪਤਾ। ਅਜਿਹੇ ਕੁਝ ਹੋਇਆ ਹੈ ਅੰਮ੍ਰਿਤਸਰ ਦੇ ਸੁਲਤਾਨ ਵਿੰਡ ਰੋਡ ਤੇ, ਜਿੱਥੇ ਅਮਨਦੀਪ ਕੌਰ ਨਾਂ ਦੀ ਧੀ ਅੱਖਾਂ ਤੋਂ ਸੱਖਣੀ ਸੀ, ਯਾਨੀ ਕਿ ਅਮਰਦੀਪ ਕੌਰ ਅੱਖਾਂ ਤੋਂ ਦੇਖ ਨਹੀਂ ਸਕਦੀ ਸੀ। ਉਸਦਾ ਵਿਆਹ ਕਿਸੇ ਨਾਲ ਹੋਵੇਗਾ ਇਹ ਕਿਸੇ ਨੂੰ ਵੀ ਨਹੀਂ ਪਤਾ ਸੀ, ਪਰ ਪਰਮਾਤਮਾ ਦੀ ਇੰਨੀ ਮਿਹਰ ਹੋਈ ਕਿ ਉਸਨੂੰ ਮਾਣ ਸਤਿਕਾਰ ਕਰਨ ਵਾਲਾ ਜੀਵਨ ਸਾਥੀ ਮਿਲ ਗਿਆ। ਅੰਮ੍ਰਿਤਸਰ ਦੇ ਰਹਿਣ ਵਾਲੇ ਹਰਦੀਪ ਸਿੰਘ ਵੱਲੋਂ ਜਦੋਂ ਇਸ ਲੜਕੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਵੇਖੀ ਗਈ ਤਾਂ ਉਸਨੂੰ ਇਸ ਲੜਕੀ ਨੂੰ ਅਪਣਾਉਣ ਦੇ ਬਾਰੇ ਮਨ ਦੇ ਵਿੱਚ ਖਿਆਲ ਆ ਗਿਆ। ਇਸ ਨਾਲ ਹੀ ਗੁਰੂ ਮਰਿਆਦਾ ਨਾਲ ਵਿਆਹ ਕਰਵਾ ਲਿਆ ਗਿਆ, ਉਸਨੂੰ ਪੂਰੇ ਮਾਣ ਸਤਿਕਾਰ ਦੇ ਨਾਲ ਅਪਣਾ ਵੀ ਲਿਆ ਗਿਆ। ਇਸ ਸੰਬੰਧੀ ਗੱਲਬਾਤ ਕਰਦਿਆਂ ਗੁਰਸਿੱਖ ਨੌਜਵਾਨ ਹਰਦੀਪ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਜਦੋਂ ਸੋਸ਼ਲ ਮੀਡੀਆ ਤੇ ਇਸ ਲੜਕੀ ਬਾਰੇ ਸੁਣਿਆ ਗਿਆ ਤਾਂ ਉਹਨਾਂ ਉਸ ਵੇਲੇ ਮਨ ਵਿੱਚ ਬਣਾ ਲਿਆ ਕਿ ਉਹ ਇਸ ਲੜਕੀ ਨਾਲ ਹੀ ਵਿਆਹ ਕਰਨਗੇ। ਅੱਖਾਂ ਦੀ ਰੋਸ਼ਨੀ ਨਾ ਹੋਣਾ ਹੀ ਸਭ ਕੁਝ ਨਹੀਂ ਹੁੰਦਾ, ਸਗੋਂ ਉਸ ਇਨਸਾਨ ਦੀ ਚੰਗਿਆਈ ਨੂੰ ਵੇਖ ਕੇ ਉਸ ਵੱਲ ਮਨ ਆਕਰਸ਼ਿਤ ਹੋਣਾ ਜ਼ਰੂਰੀ ਹੈ। ਅਮਨਦੀਪ ਕੌਰ ਜੋ ਕਿ ਪੋਸਟ ਗ੍ਰੈਜੂਏਟ ਲੜਕੀ ਹੈ ਅਤੇ ਹਰ ਕੰਮ ਵਿੱਚ ਪਰਪੱਕ ਹੋ ਕੇ ਆਪਣੇ ਆਪ ਨੂੰ ਅੱਗੇ ਲੈ ਕੇ ਆਉਂਦੀ ਹੈ ਤੇ ਲੜਕੀ ਨੇ ਕਿਹਾ ਕਿ ਮੈਂ ਮਾਣ ਮਹਿਸੂਸ ਕਰਦਾ ਹਾਂ ਕਿ ਮੇਰਾ ਇਸ ਲੜਕੀ ਦੇ ਨਾਲ ਵਿਆਹ ਹੋਇਆ। ਇਸ ਸੰਬੰਧੀ ਗੱਲਬਾਤ ਕਰਦਿਆਂ ਅਮਨਦੀਪ ਕੌਰ ਨੇ ਦੱਸਿਆ ਕਿ ਇਹ ਸਭ ਵਾਹਿਗੁਰੂ ਦੀ ਮਹਿਮਾ ਹੈ, ਉਸ ਦੀ ਕਿਰਪਾ ਸਦਕਾ ਹੀ ਮੈਨੂੰ ਹਰਦੀਪ ਸਿੰਘ ਵਰਗਾ ਜੀਵਨ ਸਾਥੀ ਮਿਲਿਆ ਜੋ ਮੈਨੂੰ ਆਪਣਾ ਬਣਾ ਕੇ ਬਹੁਤ ਹੀ ਮਾਣ ਸਤਿਕਾਰ ਦੇ ਰਿਹਾ ਹੈ। ਇਸ ਮੌਕੇ ਵਾਹਿਗੁਰੂ ਦਾ ਸ਼ੁਕਰ ਕਰਦਿਆਂ ਅਮਨਦੀਪ ਕੌਰ ਨੇ ਸਭ ਦਾ ਧੰਨਵਾਦ ਕੀਤਾ। ਤੁਸੀਂ ਵੀ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਲੜਕੀ ਦੀ ਜ਼ਿੰਦਗੀ ਬਦਲ ਦਿੱਤੀ ਇਸ ਨੌਜਵਾਨ ਨੇ। ਨੌਜਵਾਨ ਨੇ ਉਸ ਦੀ ਕਮੀ ਦੇਖਦਿਆਂ ਹੋਇਆਂ ਉਸ ਦੇ ਵਿੱਚ ਹਜ਼ਾਰਾਂ ਹੀ ਗੁਣ ਦੇਖੇ ਅਤੇ ਉਸ ਨੂੰ ਅਪਣਾ ਲਿਆ। ਸੱਚ ਜਾਣੋ ਕਿ ਪਰਮਾਤਮਾ ਜ਼ਰੂਰ ਹੁੰਦਾ ਹੈ, ਕਿਉਂਕਿ ਪਰਮਾਤਮਾ ਦੀ ਮਰਜ਼ੀ ਦੇ ਬਿਨਾਂ ਕੁਝ ਵੀ ਨਹੀਂ ਹੁੰਦਾ, ਇਹ ਅੱਜ ਅਸੀਂ ਵੀ ਦੇਖ ਲਿਆ। ਤਾਜ਼ਾ ਤੇ ਨਵੀਂ ਅਪਡੇਟ ਲੈਣ ਦੇ ਲਈ ਬਣੇ ਰਹੋ ਬ੍ਰੇਕਿੰਗ ਨਿਊਜ਼ ਪੰਜਾਬ ਦੇ ਨਾਲ।